ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਅਸੀਂ ਜਵਾਹਰ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ 131 ਨੰਬਰ ਟੈਸਟ ਜਿਹੜਾ ਕਰਦੇ ਪਏ ਹਾਂ, ਭਾਗ 6/10, 21 ਤੋਂ ਲੈ ਕੇ 24 ਤੱਕ ਪੱਕੇ ਪੇਪਰ 'ਚ ਇਹਦੇ ਨਾਲ ਦੇ ਸਵਾਲ ਆਉਣੇ ਆ। ਅਕਿਰਤੀ ਨੂੰ ਪੂਰੀ ਕਰਨਾ, ਜਮੈਟ੍ਰੀਕਲ ਅਕਿਰਤੀ ਨੂੰ, ਵਰਗ ਚੱਕਰ ਜਾਂ ਆਇਤ ਨੂੰ। ਤਾਂ ਬੇਟਾ ਆਹ ਅਕਿਰਤੀ ਬਣੀ ਹੋਈ ਆ, ਇਸ ਅਕਿਰਤੀ ਨੂੰ ਪੂਰਾ ਕਰਨ ਦੇ ਲਈ ਵਰਗ ਪੂਰਾ ਹੋਣਾ, ਇੱਥੋਂ ਤੁਸੀਂ ਲਾਈਨ ਮਾਰ ਕੇ ਦੇਖ ਲਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਵਰਗ ਕਿੱਥੇ ਪੂਰਾ ਹੁੰਦਾ। ਬੇਟਾ ਇਹ ਅਕਿਰਤੀ ਤਾਂ ਸਾਫ਼ ਅਤੇ ਸਪਸ਼ਟ ਹੈ, ਜਿਹੜੀ ਸਾਡਾ ਧਿਆਨ ਸੀ ਵੱਲ ਨੂੰ ਖਿੱਚਦੀ ਹੈ। ਜਦੋਂ ਸੀ ਅਕਿਰਤੀ ਨੂੰ ਇੱਥੇ ਅਸੀਂ ਫਿੱਟ ਕਰ ਦੇਵਾਂਗੇ ਤਾਂ ਇਹ ਸਾਰੀ ਕੰਡੀਸ਼ਨ ਫੁਲਫਿਲ ਕਰ ਦੂਗੀ, ਇਹਨੂੰ ਵਰਗ ਦੀ ਸ਼ੇਪ ਦੇ ਦਊਗੀ। ਇਸ ਕਰਕੇ C1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 52। ਸਵਾਲ ਨੰਬਰ 52 ਦੇ ਵਿੱਚ ਧਿਆਨ ਨਾਲ ਦੇਖੋ ਤਾਂ ਬੇਟਾ ਇੱਥੇ ਕਿਹੜੀ ਅਕਿਰਤੀ ਅਸੀਂ ਫਿਕਸ ਕਰੀਏ ਵੀ ਇਹਨੂੰ ਜਿਹੜਾ ਹੈਗਾ ਆ ਇਹ ਸ਼ੇਪ ਜਿਹੜੀ ਪ੍ਰੋਪਰ ਸ਼ੇਪ ਦਿੱਤੀ ਜਾ ਸਕੇ। ਠੀਕ ਹੈ ਬੇਟਾ, ਤਾਂ ਫਿਰ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਓਬਜ਼ਰਵ ਕਰਦੇ ਹਾਂ ਸਵਾਲ ਨੰਬਰ 52 ਦੇ ਵਿੱਚ, ਤਾਂ ਬੇਟਾ ਆਹ ਸੀ ਅਕਿਰਤੀ ਜਦੋਂ ਆਪਾਂ ਇਹਨੂੰ ਇੱਥੇ ਫਿੱਟ ਕਰਦੇ ਹਾਂ ਬੇਟਾ ਤਾਂ ਇਹ ਇਹਨੂੰ ਪ੍ਰੋਪਰ ਸ਼ੇਪ ਦੇ ਵਿੱਚ ਲੈ ਆਊਗੀ। ਠੀਕ ਹੈ, ਤਾਂ ਇਹ ਕੀ ਹੈ, ਸਮ ਚਤੁਰਭੁਜ ਜਾਂ ਚਤੁਰਭੁਜ ਨੂੰ ਟੇਢਾ ਕੀਤਾ ਹੋਇਆ ਬਣ ਜਾਊਗਾ। ਠੀਕ ਹੈ, C1 ਅਕਿਰਤੀ, ਪ੍ਰੋਪਰ ਨੋਬਾਂ ਉਸੇ ਹਿਸਾਬ ਨਾਲ ਬਣੀਆਂ ਹੋਈਆਂ। ਤੁਸੀਂ ਬਸ ਨੋਬਾਂ ਚੈੱਕ ਕਰ ਲੈਣੀਆਂ, ਤੁਹਾਡੀਆਂ ਨੋਬਾਂ ਫਿਕਸ ਹੀ ਨਹੀਂ ਹੋਣਗੀਆਂ ਦੂਜੀਆਂ ਇਹਦੇ ਵਿੱਚ। ਠੀਕ ਹੈ, ਇਸ ਕਰਕੇ C1 ਨੂੰ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 53। ਸਵਾਲ ਨੰਬਰ 53 ਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ ਇੱਥੇ ਬੇਟਾ ਕਿਹੜੀ ਅਕਿਰਤੀ ਹੈ ਜਿਹੜੀ ਫਿਕਸ ਹੋਊਗੀ ਤਾਂ ਇਹਨੂੰ ਵਰਗਾਕਾਰ ਸ਼ੇਪ ਹੈ ਜਿਹੜੀ ਉਹ ਦੇ ਦਿੱਤੀ ਜਾਊਗੀ। ਬੇਟਾ ਇਹ ਅੱਖਾਂ ਦਾ ਮੈਟਰ ਹੈਗਾ, ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਕੇਵਲ ਅਤੇ ਕੇਵਲ ਇਹਦੇ ਵਿੱਚ ਜਿਹੜੀ ਹੈਗੀ ਬੀ ਅਕਿਰਤੀ ਹੀ ਬਣਦੀ ਪਈ ਹੈ ਜਿਹੜੀ ਇੱਥੇ ਪੂਰੀ ਪੂਰੀ ਫਿਕਸ ਹੁੰਦੀ ਪਈ ਹੈ। ਠੀਕ ਹੈ ਬੇਟਾ, ਤਾਂ ਇਹਨੂੰ ਇੱਕ ਵਰਗਾਕਾਰ ਸ਼ੇਪ ਦਿੰਦੀ ਪਈ ਹੈ ਜਾਂ ਰੈਕਟੈਂਗੂਲਰ ਸ਼ੇਪ ਦਿੰਦੀ ਪਈ, ਇਸ ਕਰਕੇ B1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 54। ਤਾਂ ਬੇਟਾ ਇੱਥੇ ਵੀ ਇਹਦੇ ਲਾਈਨ ਖਿੱਚ ਕੇ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਹੋ ਵੀ ਕਿਹੜੀ ਪਿਕਚਰ ਪੂਰੀ ਪੂਰੀ ਫਿੱਟ ਹੋਊਗੀ। ਤਾਂ ਬੇਟਾ ਕੇਵਲ ਅਤੇ ਕੇਵਲ ਇਹ ਸਾਨੂੰ ਸਪਸ਼ਟ ਹੀ ਦਿਖਾਈ ਦਿੱਤੀ ਜਾਂਦਾ ਪਿਆ ਆ। ਠੀਕ ਆ, ਹੋਰ ਕੋਈ ਵੀ ਕਿਰਤੀ ਇੱਥੇ ਫਿੱਟ ਨਹੀਂ ਹੋਣੀ, ਸਿਰਫ ਇਹ ਹੀ ਫਿੱਟ ਹੋਣੀ ਹੈ। ਤਾਂ A1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 55। ਸਵਾਲ ਨੰਬਰ 55 ਨੂੰ ਵੀ ਧਿਆਨ ਦੇ ਨਾਲ ਓਬਜ਼ਰਵ ਕਰੋ, ਇੱਥੋਂ ਰੇਖਾ ਖਿੱਚ ਕੇ ਜਦੋਂ ਲਗਾਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ, ਚਿੱਤਰ ਬਿਲਕੁਲ ਤੁਹਾਡੇ ਸਾਹਮਣੇ ਆ ਜੂਗਾ। ਇਹਦੇ ਵਿੱਚ 55 ਨੰਬਰ ਦੇ ਵਿੱਚ ਵੀ ਬੇਟਾ ਆ ਬੀ ਅਕਿਰਤੀ ਹੈ ਜਿਹੜੀ ਆ ਇੱਥੇ ਪੂਰੀ ਪੂਰੀ ਫਿੱਟ ਹੁੰਦੀ ਪਈ ਹੈ, ਇਸ ਕਰਕੇ ਇਹਨੂੰ ਐਜ਼ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਇਸ ਪੇਪਰ ਦਾ ਲਾਸਟ ਸਵਾਲ, ਸਵਾਲ ਨੰਬਰ 56। ਸਵਾਲ ਨੰਬਰ 56 ਨੂੰ ਧਿਆਨ ਦੇ ਨਾਲ ਓਬਜ਼ਰਵ ਕਰੋ ਬੇਟਾ, ਤਾਂ ਇੱਥੇ ਬੇਟਾ ਇਹ ਕਿਹੜੀ ਅਕਿਰਤੀ ਦੇ ਵਿੱਚ ਆਹ ਚੀਜ਼ ਹੈ ਜਿਹੜੀ ਫਿਕਸ ਹੋਊਗੀ, ਇਸ ਚੀਜ਼ ਦੇ ਬਾਹਰਲੇ ਪਾਸੇ ਫਿਕਸ ਹੋਊਗੀ ਵੀ ਪ੍ਰੋਪਰ ਆ ਜਿਹੜਾ ਇਹ ਬਣ ਜਾਵੇ, ਜਾਂ ਤਾਂ ਵਰਗ ਬਣ ਜਾਵੇ ਜਾਂ ਆਇਤ ਬਣ ਜਾਵੇ। ਤਾਂ ਬੇਟਾ ਹੋਰ ਕੋਈ ਵੀ ਅਕਿਰਤੀ ਹੈ ਜਿਹੜੀ ਪੂਰੀ ਫਿੱਟ ਜਿਹੜੀ ਨਹੀਂ ਹੁੰਦੀ ਪਈ ਇਹਦੇ ਵਿੱਚ, ਕੇਵਲ ਅਤੇ ਕੇਵਲ ਆਹ ਅਕਿਰਤੀ ਬੀ ਹੈ ਜਿਹੜੀ, ਬੀ ਨੂੰ ਧਿਆਨ ਦੇ ਨਾਲ ਦੇਖੋ, ਆਹ ਅਕਿਰਤੀ ਜਦੋਂ ਇੱਥੇ ਫਿਕਸ ਕਰਾਂਗੇ ਤਾਂ ਇਹਨੂੰ ਇੱਕ ਵਰਗਾਕਾਰ ਸ਼ੇਪ ਹੈ ਜਿਹੜੀ ਉਹ ਦੇ ਦੂਗੀ ਇਹ ਅਕਿਰਤੀ, ਇਸ ਕਰਕੇ B1 ਅਕਿਰਤੀ ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 56, ਆਖਰੀ ਸਵਾਲ ਸੀਗਾ 131 ਨੰਬਰ ਟੈਸਟ ਦਾ। ਇਹਦੇ ਨਾਲ ਬੇਟਾ ਇਹ ਟੈਸਟ ਕੰਪਲੀਟ ਹੋ ਗਿਆ। ਅਗਲਾ ਟੈਸਟ ਹੈ ਜਿਹੜਾ ਪਿਛਲੇ ਸਾਲਾਂ ਦੇ ਪੇਪਰ
ਵਗੈਰਾ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।